كنت تعذير كثير كثير جرى لغور من باكستان وعرضي أكثر دير دير أكثر دير سب کو مرنی تعلیم گردوارے کے جنسی پاسوں گرم سی پڑی سب 11 سال کی عمر میں سے ایک ہندو مسلمان کو جو کتاب اردو کی پڑھیاں کتنے دے گیا پتی وچ سائنس اور پنجابی نال ملا کے سب کے لیے مشکل کر اور میرا تجربہ ہے کہ سکون اور تال کی پڑھائی کرنے کی دال سکھا دے ہوں پڑھنا تو اس کے بعد پہن لگ ਅਨਪੜ੍ਹ ਜੱਟ ਵੀ ਕਹਿੰਦਾ ਹੈ ਸਿੱਧਾ ਕਰਨ ਲੱਗਣ ਸੀ ਆਹ ਲੜਕੀ ਬੈਠੀ ਹੈ ਦੇਖ ਲੋ ਮੁੜ ਕੇ ਕੱਲ੍ਹ ਹੋਣਾ ਤੇ ਉਸ ਜ਼ਮਾਨੇ ਵਿੱਚ ਅੱਜ ਤੋਂ 5-6 ਪਹਿਲਾਂ ਉੱਥੇ ਤੇ ਲੜਕੀ ਦੇ ਲੜਕੀ ਦੇ ਵਿਖਾਉਣ ਦਾ ਸਵਾਲ ਨਹੀਂ ਸੀ ਕੋਈ ਲੜਕਾ ਵੀ ਲੜਕੀ ਵੀ ਆ ਰਹੇ ਹਨ ਇਸਤਰੀ ਵੀ ਆਏ ਉਸ ਲੜਕੀ ਦੇਖਣ ਨਹੀਂ ਸੀ ਦਿੰਦੇ ਬੜੀ ਖੁਸ਼ੀ ਅਪੋਲ ਹੁੰਦੀ ਹੈ ਆਮ ਲੋਕ ਖੁਸ਼ੀਆਂ ਦੇ ਤਾਲ ਤੇ ਆਦਮੀ ਦਬਰਾ ਜਾਏ ਹੋਰ ਕਹਿੰਦੇ ਨਹੀਂ ਕੋਈ ਉਸ ਤੋਂ ਪਹਿਲਾਂ ਤਾਂ ਕੋਈ ਨਹੀਂ ਸੀ ਕਹਾਣੀ ਗੀਤ ਲੋਕਾਂ ਦੇ ਜ਼ਬਾਨ ਤੇ ਵਿਚਾਰ ਗਏ ਔਰ ਇਹਦੇ ਸ਼ਬਦ ਨੇ ਜੋ ਖੁਸ਼ੀ ਹੋਈ ਸੀ ਉਹ ਕਦੇ ਚਲਾਈ ਨਹੀਂ ਕਰ ਸਕਦੀ ਸੰਨ 42 ਵਿੱਚ ਮੈਂ ਪਹਿਲੀ ਕਿਤਾਬ ਤਿਆਰ ਕੀਤੀ ਸਿਵਲ ਕਿਰਨਾ ਇਹ ਵੀ ਤਾਲੀਆਂ ਦੀ ਗਾਉਣ ਵਾਲੇ 4 ਪ੍ਰਸੰਗ ਸਨ 44 ਵਿੱਚ ਨਿਸ਼ਚਿਤ ਰੱਬ ਕਿਵੇਂ ਗਿਆ ਛਾਪਿਆ ਮੈਂ ਕੁਦਰਤੀ ਚੌਕੀ ਵਿੱਚ ਕਾਦੀ ਬਣ ਗਿਆ ਸਾਂ ਤਾਲੀ ਬਣ ਦੇ ਬਾਅਦ ਮੈਂ ਨਿਸ਼ਾਨਾ ਰੱਖ ਲਿਆ ਕਿ ਮੈਂ ਸਿੱਖ ਇਤਿਹਾਸ ਲਿਖਣਾ ਔਰ ਰਿਕਾਰਡ ਕਰਨੀ ਹੁਣ 4 ਜ਼ਬਾਨਾਂ ਮੈਂ ਸਮਝ ਸਕਦਾ ਸਾਂ ਪੰਜਾਬੀ ਉਰਦੂ ਹਿੰਦੀ ਔਰ ਅੰਗਰੇਜ਼ੀ ਤਾਂ ਮੇਰਾ ਆਪਣਾ ਅੰਦਾਜ਼ਾ ਅਰ ਸਕੇ ਕਿ ਮੈਂ 40-45 ਹਜ਼ਾਰ ਸਾਲ ਆਪਣ ਦੇ ਬਾਅਦ ਸਿੱਖ ਰੱਖ ਕੇ ਨਹੀਂ ਗੱਲ ਕੀਆ ਉਹਦਾ ਉਰਦੂ ਅਨੁਵਾਦ ਹੋਇਆ ਚਾਹੇ ਖਤਮ ਹੋ ਗਿਆ ਅੰਗਰੇਜ਼ੀ ਅਨੁਵਾਦ ਚੱਲ ਰਿਹਾ ਹੈ ਇਸ ਵੇਲੇ ਤੱਕ ਉਹਦੀ ਗਿਣਤੀ 50,000 ਤੋਂ ਉੱਪਰ ਜਾ ਚੁੱਕੀ ਹੈ ਔਰ ਮੈਂ ਸੰਤੁਸ਼ਟ ਹਾਂ ਇਸ ਮਜ਼ਮੂਨ ਤੇ ਮੈਂ ਤੋਂ ਬਾਅਦ 2 ਮਹਾਨ ਵਿਦਵਾਨਾਂ ਨੇ ਲਿਖੀਆਂ ਨੇ ਪਰ ਮੇਰੀ ਸਟੱਡੀ 200 ਪੌਦੇ ਵੀ ਪੂਰੀ ਸੀ ਤੇ ਮੇਰੇ ਉਮਰ ਦੇ ਸਾਲਾਂ ਨਾਲੋਂ ਕੁਛ ਵਧੇਰੇ ਹੋਵੇਗੀ ਇਸ ਵੇਲੇ 80ਵੇਂ ਸਾਲ ਵੀ ਜਾ ਰਿਹਾ ਮੈਂ ਸਾਰੇ ਸਭਿਆਂ ਦੀ ਗਿਣਤੀ ਕੀਤੀ ਹੈ ਮੇਰੇ ਮੁਤਾਬਿਕ 12,000 ਸਮਾ ਬਣ ਗਿਆ ਇਹ ਦਿਨ ਮੈਂ ਬਾਹਰ ਖੇਤ ਚ ਬੈਠਾ ਦੇਖ ਰਿਹਾ ਸੀ 4-5 ਆ ਰਹੇ
ਤੇ ਉਹਨਾਂ ਦੇ ਕਹਿਣ ਤੇ ਵੀ ਤੂੰ ਸਾਰੇ ਤੋਂ ਡੇਰੇ ਪੜਿਆ ਆਇਆ, ਤੂੰ ਸਾਡਾ ਆਗੂ ਬਣ, ਆਪਾਂ ਜਥਾ ਬਣਾ ਲਈਏ। ਤੂੰ ਵੀ ਚਾਲੀ ਜਥਾ ਬਣਾ ਦੇ ਆ। ਪ੍ਰਾਪਤ ਹੋ ਗਿਆ।
ਨਿਯਮਿਤ ਪਾਤਰ ਜ਼ਿੰਦਗੀ ਵਿੱਚੋਂ ਦੇਖੇ ਚੁੱਕੇ ਰਹਿੰਦਾ ਹਾਂ, ਜਿਹਨਾਂ ਬਾਬਤ ਮੈਨੂੰ ਪੂਰੀ ਜਾਣਕਾਰੀ ਹੁੰਦੀ ਹੈ। ਸਿਰਫ ਨਾਮ ਔਰ ਸਥਾਨ ਬਦਲੇ ਹੁੰਦੇ ਹਨ, ਯੁੱਗ ਬਦਲ ਗਿਆ। ਲਖਾ ਸਿੰਘ, ਬਸੰਤ ਕੌਰ, ਸਵਰਨੀ, ਰਾਜੋ, ਗੁੱਡਾ ਤੇ ਮੇਰੀ ਅੱਖੀਂ ਦੇਖੇ ਹਨ। ਅਜੇ ਤੱਕ ਵੀ ਮੇਰੀ ਖਿਆਲੀ ਅੱਖਾਂ ਦੇ ਸਾਹਮਣੇ ਫਿਰਦੇ ਰਹਿੰਦੇ ਹਨ ਔਰ ਮੈਨੂੰ ਆਸ ਹੈ ਕਿ ਮੇਰੇ ਪਾਤਰਾਂ ਨੂੰ ਇੱਕ ਵਾਰ ਪੜ੍ਹਨ ਦੇ ਬਾਅਦ ਉਹ ਕਦੇ ਭੁੱਲਣਗੇ ਨਹੀਂ। ਲੜਕੀ ਇੱਥੇ ਹੈ, ਉਹਨਾਂ ਦੀ ਮਾਲੀ ਹਾਲਤ ਬਹੁਤ ਅੱਛੀ ਹੈ,
और दोनों जी एजुकेशन डिपार्टमेंट से हैं, लड़के इतने बाहर हैं, एक सारे से छोटा सर्जन है, बाकी रिश्ते में हैं। और मेरी पत्नी अनपढ़ है, बच्चे से मुताबिक मेरी सहायता की थी, खास करके जब मैं पार कार्य पढ़ना शुरू किया करता सारा प्रबंध उन्होंने का भी सी, उन्होंने अपने बच्चे तालीम भी दी, कई बार मान ना कहना हूं मैंने तुझे अनपढ़ नहीं कह सकते। मदद कर रू पता के लिखते ने लेखक ने जो थोड़ा विह हो तो पहला भी तुम पता थी कि लिखते ने लेखक के ना रहन दया कई तकलीफा हो कद बहर चल जाते हैं कद ना बड़े रेंगे है ਤੁਹਾਨੂੰ ਇਸ ਕਿਸਮ ਦੀ ਕੋਈ ਮੁਸ਼ਕਿਲ ਤਾਂ ਨਹੀਂ ਆਈ? ਨਾ ਮੁਸ਼ਕਿਲ ਰੋਟੀ ਪਾਣੀ ਦੀ ਹੁੰਦੀ ਹੈ ਨਾ ਪੁੱਤ। ਹਾਂਜੀ ਕਦੇ ਨੀ ਮੈਂ ਤਾਂ 100 ਬੰਦੇ ਦੀ ਰੋਟੀ ਪਕਾਈ ਹੋਈ। ਇਹਨਾਂ ਦੇ ਲਿਖਣ ਵੇਲੇ ਦੀਆਂ ਕੀ ਲੋੜਾਂ ਹੈ? ਜੇ ਲੇਖਕ ਨੂੰ ਕਈ ਵਾਰੀ ਤੱਕ ਮੈਨੂੰ ਕੱਲ੍ਹ ਚਾਹੀਦੀ ਹੈ, ਮੇਰੇ ਕੋਲ ਕੋਈ ਨਾ ਬੈਠਾ ਹੋਵੇ, ਮੈਂ ਉਹਨੂੰ ਵੇਲੇ ਫਿਰ ਚਾਹ ਲਿਆ ਦਿੱਤੀ ਜਾਵੇ, ਇਹਨਾਂ ਦੀ ਕੀ ਲੋੜਾਂ ਹੁੰਦੀਆਂ ਲਿਖਣ ਵੇਲੇ? ਇਹਨਾਂ ਦੀਆਂ ਲੋੜਾਂ ਤਾਂ ਨਾ ਚਾਹ ਪੀਂਦੇ ਨਾ ਪਾਣੀ ਹੁੰਦੀ ਹੈ, ਕੋਈ ਚੀਜ਼ ਨਹੀਂ ਮੰਗਦੇ ਕਿਸੇ ਨਾਲੋਂ, ਰੋਟੀ ਖਾ ਲੈਂਦੇ ਆ ਤੁਸੀਂ ਨਹੀਂ ਦਿੰਦੇ ਇਹਨਾਂ ਨੂੰ? ਨਾ ਰੋਟੀ ਫਰਾਈ ਦੀ ਆ ਤੇ ਖਾ ਲੈਂਦੇ ਆ ਨਾ, ਮਫਲ ਮੈਂ ਰਹੇ ਆ ਪੁੱਤਾਂ ਤੇ ਰੋਟੀ ਨਾ ਆਖਿਆ ਜੀ ਨਹੀਂ ਰੋਟੀ ਤੁਹਾਡੀ ਵੱਟ ਗਈ ਆ ਤਾਂ ਕੇ ਖਾ ਲੈਣੀ। ਅੱਛਾ ਤੁਹਾਡਾ ਇਹ ਤਾਂ ਲਿਖਦੇ ਰਹੇ, ਤੁਹਾਡਾ ਕੀ ਸਹਿਯੋਗ ਹੈ, ਤੁਸੀਂ ਕੀ ਮਿਲਵਰਤਨ ਦਿੱਤਾ ਇਹਨਾਂ ਨੂੰ ਇਹਨਾਂ ਦੇ ਲਿਖਣ ਦੇ ਲਈ? ਲਿਖਣ ਵਾਲੇ ਨੇ ਸਾਰਾ ਘਰ ਦਾ ਕੰਮ ਮੇਰੇ ਸਿਰ ਤੇ। ਤੁਸੀਂ ਕਦੀ ਇਹਨਾਂ ਦਾ ਲਿਖਿਆ ਕੁਛ ਪੜ੍ਹਿਆ ਵੀ ਹੈ? ਪੜ੍ਹਨ ਜੋਗੀ ਤਾਂ ਹੋ ਗਈ ਨਾ, ਉਸ ਵੇਲੇ ਪੜ੍ਹਦੇ ਪੜ੍ਹਾਉਂਦੇ ਕੌਣ ਸੀ ਜੋ ਸਾਡਾ ਵਿਆਹ ਹੋਇਆ ਪਿੰਡ ਦੇ ਵਿੱਚ ਪੜਾਣੇ ਤੇ ਹੋਰ ਸਾਰਾ ਬਾਹਰ ਫਿਰਨਾ ਇਹਨਾਂ ਨੇ ਤੇ ਮੈਂ ਘਰ ਦਾ ਕੰਮ ਸਾਰਾ ਕਰਨਾ। ਤੁਹਾਨੂੰ ਇਹਨਾਂ ਨਾਲ ਤੂੰ ਗਿਲਾ ਸ਼ੁਰੂਆਤ ਨਹੀਂ ਜਿਵੇਂ ਤਾਂ ਹੁਣ ਹੀ ਦੱਸ ਦਿਓ ਵੀ ਚੱਲੀ ਗਈ ਤੇ ਦੱਸ ਦੇ। ਇੱਕ ਵਾਰ ਇੱਕ ਸੱਜਣ ਨੇ ਸਵਾਲ ਕੀਤਾ ਕਿ ਸਿੱਖ ਇਤਿਹਾਸੀਆਂ ਵਾਲਾਂ ਗਾਉਣ ਵਾਲਾ ਕਹਿੰਦੇ ਗੀਤ ਕਿਵੇਂ ਲਿਖ ਲੈਂਦਾ ਔਰ ਇਸ ਉਮਰ ਵਿੱਚ? ਉਹਦੇ ਜਵਾਬ ਵਿੱਚ ਗੀਤ ਲਿਖਿਆ ਕਿ ਜਦੋਂ ਮੈਂ ਗੀਤ ਦਿੰਦਾ ਹਾਂ ਜਵਾਨੀ ਨੂੰ ਗਵਾ ਲੈਂਦਾ, ਜੋ ਛੁੱਟੀਆਂ ਥੱਕ ਕੇ ਰਹੀਆਂ ਉਹਨਾਂ ਨੂੰ ਫਿਰ ਤਿਗਾ ਲੈਂਦਾ, ਫਿਰ ਦੱਸਿਆ ਕਿ ਰੀਤ ਦੇ ਮਰਦੇ ਨਹੀਂ ਉਮਰ ਨਾਲ ਥੱਕ ਜ਼ਰੂਰ ਜਾਂਦੀ ਸੀ। ਮੈਂ ਸ਼ਾਇਦ ਗੀਤ ਲਿਖੇ ਹਨ ਪਰ ਉੱਥੇ ਵੀ ਦੰਪਤੀ ਪਿਆਰ ਹੈ, ਵਿਆਹ ਦਾ ਪਿਆਰ ਹੈ, ਸ਼ਾਦੀ ਕਿਤੇ ਤੇ ਦੋਸਤੀ ਕਿਤੇ, ਇਹ ਤਾਂ ਮੈਂ ਨਿਰਭਰ ਨਹੀਂ ਮਿਲ ਗਏ ਨੇ ਮੇਰੇ ਪਾਠਕ ਨਹੀਂ ਮਿਲੇ, ਉਹਦੇ ਉਲਟ ਮੈਨੂੰ ਪਾਠਕ ਮਿਲ ਗਏ।
ਮੈਂ ਅਲੋਕਾਂ ਦੀ ਚਿੰਤਾ ਛੱਡ ਦਿੱਤੀ। ਜ਼ਿੰਦਗੀ ਇੱਕ ਮੰਦਰ ਹੈ, ਮੈਂ ਉਹਦੇ 79 ਪੜਾਅ ਪੂਰੇ ਕਰ ਚੁੱਕਾ, ਅਸੀਂ ਇੱਥੇ ਜਾ ਰਹੇ ਹਾਂ। ਇੰਨੀ ਲੰਬੀ ਉਮਰ ਵਿੱਚ ਇੰਨਾ ਕੁਛ ਵੇਖਿਆ ਹੈ ਜਿਹੜਾ ਬਿਆਨ ਕਰਨਾ ਬੜਾ ਮੁਸ਼ਕਲ ਹੈ। ਦੁੱਖ ਵੇਖੇ, ਸੁੱਖ ਵੇਖੇ, ਖੁਸ਼ੀਆਂ ਗਮੀਆਂ ਸਭ ਕੁਝ, ਮੈਂ ਅਹੀਰ ਮੰਦਰ ਤੇ ਪਹੁੰਚ ਕੇ ਮੈਂ ਆਪਣੇ ਆਪ ਨੂੰ ਹਰ ਪੱਖ ਤੋਂ ਸੰਤੁਸ਼ਟ ਸਮਝਦਾ। ਸਾਹਿਤ ਲਿਖਿਆ ਹੈ, ਈਸ਼ਵਰ ਨੂੰ ਲਿਖਵਾਇਆ, ਇਤਿਹਾਸ ਲਿਖਿਆ ਹੈ, ਆਲੋਚਨਾ ਕੀਤੀ ਹੈ, ਉਹ ਸਾਰਿਆਂ ਤੋਂ ਮੈਨੂੰ ਪਾਠਕਾਂ ਵੱਲੋਂ ਬੜਾ ਪੂਰਾ ਹੁੰਗਾਰਾ ਔਰ ਪਿਆਰ ਮਿਲਿਆ। ਢਾਡੀ ਦੇ ਸੀਟ ਵਿੱਚ ਬਹੁਤ ਸਾਰੇ ਲੋਕਾਂ ਨਾਲ, ਲੱਖਾਂ ਲੋਕਾਂ ਨਾਲ ਵਾਪਰਿਆ। ਸਭ ਤੋਂ ਵੱਡੀ ਰੀਝ ਹੁੰਦੀ ਹੈ ਮੇਰੀ ਔਲਾਦ ਚੰਗੀ ਬਣੀ। ਉਹ ਨਿਰੰਕਾਰ ਦੀ ਕਿਰਪਾ ਨਾਲ ਮੇਰਾ ਪਰਿਵਾਰ ਐਸੇ ਸਾਰਾ ਪੜ੍ਹਿਆ ਲਿਖਿਆ, ਚੰਗਾ ਰੰਗ ਖਾਂਦਾ ਪੀਂਦਾ, ਪੜੋਤਰੇ ਪੜੋਤਰੀਆਂ ਤੱਕ ਹੈ ਨੇ। ਮੇਰੀ ਅਰਦਾਸ ਹੈ ਉਹ ਗੁਰੂ ਘਰ ਨਾਲ ਜੁੜੇ ਰਹਿਣ, ਚੰਗੇ ਇਨਸਾਨ ਬਣਨ, ਤਾਂ ਕਿ ਲੋਕਾਂ ਦੀ ਵੀ ਔਰ ਆਪਣੇ ਆਪ ਦੀ ਵੀ ਇੱਜ਼ਤ ਨੂੰ ਉਚੇੜਾ ਕਰ ਸਕਣ।